ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹ ਜਿਓ ਲੁਬਤ ਹੈ ਮੋਹ ਮਿੱਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨੰਦ ਰਸ ਲਾਇਆ ਹਰ ਪ੍ਰਭ ਚਿਤ ਨਾ ਆਵਈ ਕਿਉ ਛੂਟਾਂ ਮੇਰੇ ਹਰ ਰਾਯਾ ਮੇਰੇ RAM eh he neech karam har mere गुणवंत हर हर दयाल कर कृपा बख्श अवगण सब मेरे रहौ किछ रूप नहीं किछ जात नहीं किछ टांग ना मेरा क्या मोह ਲਾ ਬੁਲਹਾ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੈ ਪੁਨ ਸਤ ਗੁਰ ਕੇਰਾ ਸਭ ਜਿਓ ਪਿੰਡ ਮੁਖ ਨਕ ਦੀਆ ਵਰਤਣ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੋਗਾਣੀ ਜਿਨ ਦੀਏ ਸੋ ਚਤਨਾ ਆਵਈ ਪਸ਼ੂ ਹਾਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਾਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨਾਨੰਕ ਹਾਟ ਵਿਹਜਿਆ ਹਰ ਗੁਲਮ ਗੁਲਾਮੀ ਜਨਾਨੰਕ ਹਾਟ ਵਿਹਜਿਆ ਹਰ ਗੁਲਮ ਗੁਲਾਮੀ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਸ਼ਬਦ ਸਰਵਣ ਕੀਤਾ ਏ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਨਿਤ ਦਿਨ ਅਸੀਂ ਸ਼ਬਦ ਦੀ ਪਾਵਨ ਵਿਚਾਰ ਦੇ ਨਾਲ ਜੁੜਦੇ ਹਾਂ ਤੇ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਯਤਨ ਕਰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਭ ਸਤਿਗੁਰਾਂ ਨੇ ਸਾਨੂੰ ਕੀ ਸੇਧਾਂ ਦਿੱਤੀਆਂ ਨੇ ਕੀ ਉਪਦੇਸ਼ ਦਿੱਤੇ ਨੇ ਆਓ ਬੜੇ ਪਿਆਰ ਸਤਕਾਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਸ਼ਬਦ ਦੀ ਅਰੰਭਤਾ ਹੁੰਦੀ ਹੈ ਗਾਉੜੀ ਬੈ ਰਾਗਣ ਮਹੱਲਾ ਚੌਥਾ ਰਾਗ ਗਾਉੜੀ ਦੇ ਵਿੱਚ ਤੇ ਰਾਗਣੀ ਬੈਰਾਗਣ ਦੇ ਵਿੱਚ ਗੌੜੀ ਬੈਰਾਗਣ ਜੋ ਹੈ ਇੱਕ ਗੌੜੀ ਰਾਗ ਦੀ ਰਾਗਣੀ ਹੈ ਜਿੱਥੇ ਸਾਹਿਬ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਦਰਜ ਹੈ ਰਾਗਾਂ ਦੇ ਵਿੱਚ ਫਿਰ ਇੱਕ ਰਾਗ ਦੀਆਂ ਜੋ ਵੱਖੋ-ਵੱਖਰੀਆਂ ਰਾਗਣੀਆਂ ਨੇ ਸਭ ਸਤਿਗੁਰਾਂ ਨੇ ਉਹਨਾਂ ਰਾਗਣੀਆਂ ਦੇ ਵਿੱਚ ਵੀ ਸ਼ਬਦ ਉਚਾਰਨ ਕੀਤੇ ਨੇ ਤੇ ਉਸੇ ਟੰਗ ਦੇ ਨਾਲ ਇਹ ਜੋ ਪਾਵਨ ਸ਼ਬਦ ਹੈ ਗੌੜੀ ਬੈਰਾਗਣ ਰਾਗਣੀ ਦੇ ਵਿੱਚ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਮੁਖਾਰਬਿੰਤੋ ਉਚਾਰਨ ਹੋਇਆ ਸ਼ਬਦ ਹੈ ਤੇ ਪਾਵਨ ਸ਼ਬਦ ਦੇ ਚਾਰ ਪਦ ਨੇ ਤੇ ਰਹਾਉ ਦੇ ਪਦ ਕੇਂਦਰੀ ਪਦ ਦੇ ਵਿੱਚ ਸਹਿਬ ਸਤਿਗੁਰੂ ਬਖਸ਼ਿਸ਼ ਕਰਦੇ ਨੇ ਫਰਮਾਉਂਦੇ ਨੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਯਾਲ ਕਰ ਕਿਰਪਾ ਬਖਸ਼ਿ ਅਵਗਣ ਸਭ ਮੇਰੇ ਰਹਾਓ ਸਭ ਸਤਗੁਰੂ ਬਖਸ਼ਿਸ਼ ਕਰਦੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਮਨੁੱਖ ਦਾ ਇਸ ਸੰਸਾਰ ਦੇ ਵਿੱਚ ਜਨਮ ਹੋਇਆ ਤੇ ਸੰਸਾਰ ਦੇ ਵਿੱਚ ਵਿਚਰਦੇ ਆ ਮਨੁੱਖ ਨੇ ਜਿਸ ਕਾਰਜ ਦੀ ਪ੍ਰਾਪਤੀ ਕਰਨੀ ਸੀ ਜਿਸ ਉਦੇਸ਼ ਦੀ ਪ੍ਰਾਪਤੀ ਕਰਨੀ ਸੀ ਉਸ ਤੋਂ ਉਲਟ ਮਨੁੱਖ ਜੋ ਹੈ ਮਾਇਆਵੀ ਪਦਾਰਥਾਂ ਦੀ ਦੌੜ ਦੇ ਵਿੱਚ ਲੱਗ ਕੇ ਮਾਇਆ ਦੇ ਪਿੱਛੇ ਭੱਜ ਕੇ ਆਪਣਾ ਜੋ ਜੀਵਨ ਹੈ ਉਹ ਵਿਅਰਥ ਤੇ ਅਜਾਈਂ ਗਵਾ ਲੈਂਦਾ ਏ ਜਦੋਂ ਮਨੁੱਖ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਪੈਦਾ ਕੀਤੇ ਹੋਏ ਪਰਮੇਸ਼ਰ ਨਾਰਾਇਣ ਕਲਾ ਧਾਰ ਨੂੰ ਚੇਤੇ ਨਹੀਂ ਕਰਦਾ ਤੇ ਉਸ ਵੱਲੋਂ ਰਚੀ ਹੋਈ ਮਾਇਆ ਇਸ ਮਾਇਆ ਵੀ ਸੰਸਾਰ ਦੇ ਵਿੱਚ ਖਚਤ ਤੋ ਜਾਂਦਾ ਏ ਤਾਂ ਮਨੁੱਖ ਜੋ ਹੈ ਵੱਖੋ ਵਖਰੇ ਔਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਇਕੱਤਰ ਕਰ ਲੈਂਦਾ ਏ ਇੱਕ ਗੁਣ ਹੈ ਤੇ ਦੂਜਾ ਅਵਗਣ ਹੈ ਜਦੋਂ ਮਨੁੱਖ ਗੁਨਾ ਤੋਂ ਦੂਰ ਭਜਦਾ ਹੈ ਅਵਗੁਣਾਂ ਦੀ ਸੰਗਤ ਦੇ ਵਿੱਚ ਰਹਿੰਦਾ ਹੈ ਤਾਂ ਐਸੇ ਮਨੁੱਖ ਦੇ ਕੋਲੋਂ ਕਦੀ ਵੀ ਉੱਤਮ ਕਰਮ ਨਹੀਂ ਹੋ ਸਕਦਾ ਜੀ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਕੇਵਲ ਅਵਗਣ ਹੀ ਅਵਗਣ ਹੋਣ ਐਸਾ ਮਨੁੱਖ ਜੋ ਹੈ ਕਦੀ ਵੀ ਉੱਤਮ ਕਰਮ ਨਹੀਂ ਕਰ ਸਕਦਾ ਕਹਿਣ ਤੋਂ ਭਾਵ ਜਿਸ ਮਨੁੱਖ ਦੇ ਕੋਲ ਸ਼ੁਭ ਗੁਣ ਹੋਣਗੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਅਵਗੁਣ ਨਹੀਂ ਹੁੰਦੀ ਐਸੇ ਮਨੁੱਖ ਦੇ ਕੋਲੋ ਹੀ ਉੱਚੇ ਕਰਮ ਹੋ ਸਕਦੇ ਹਨ ਤੇ ਜੋ ਮਨੁੱਖ ਆਪਣੇ ਹਿਰਦੇ ਦੇ ਵਿੱਚ ਕੇਵਲ ਤੇ ਕੇਵਲ ਅਵਗੁਣ ਹੀ ਇਕੱਤਰ ਕਰੀ ਬੈਠਾ ਏ ਐਸਾ ਜੋ ਮਨੁੱਖ ਹੈ ਐਸੇ ਮਨੁੱਖ ਦਾ ਕੀਤਾ ਹੋਇਆ ਹਰ ਇੱਕ ਕੰਮ ਜੋ ਹੈ ਹਰ ਇੱਕ ਕਰਮ ਜੋ ਹੈ ਉਹ ਨੀਚ ਹੁੰਦਾ ਏ ਸਾਹਿਬ ਸਤਗੁਰੂ ਸਪਸ਼ਟ ਕਹਿ ਰਹੇ ਨੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਕਹੇ ਦੁਨੀਆ ਦੇ ਲੋਗੋ ਮੁਖਾਤਬ ਹੋਵੋ ਉਸ ਇੱਕ ਪਰਮੇਸ਼ਰ ਨਾਰਾਇਣ ਦੇ ਅੱਗੇ ਤੇ ਬੇਨਤੀ ਕਰੋ ਮੇਰੇ RAM ਹੈ ਪਰਮੇਸ਼ਰ ਰਮੇ ਹੋਏ ਨਾਰਾਇਣ ਇਹ ਨੀਚ ਕਰਮ ਹਰ ਮੇਰੇ ਮੈਂ ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਨੀਚ ਕਰਮ ਹੀ ਕਰ ਰਿਹਾ ਹਾਂ ਕਾਰਨ ਕੀ ਹੈ ਸਭ ਕਹਿੰਦੇ गुणमन्ता हर हर दयाल कर कृपा बक्ष अवगण सब मेरे क्योंकि मेरे अंदर केवल अवगण ने ਹੁਣ ਦੁਨੀਆ ਦੇ ਲੋਗੋ ਜੇਕਰ ਤੁਸੀਂ ਵੀ नीच ਕਰਮਾਂ ਤੋਂ ਉੱਪਰ ਉੱਠ ਕੇ ਉੱਚੇ ਕਰਮ ਕਰਨ ਦਾ ਯਤਨ ਕਰਨਾਏ ਤਾਂ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਨੀ ਹੈ ਅਰਦਾਸ ਕਰਨੀ ਹੈ ਤੇ ਕਹਿਣਾ ਹੈ ਗੁਣਮੰਤਾ ਹਰ ਹਰ ਦਇਆਲ ਹੈ ਗੁਣਾ ਦੇ ਖਜ਼ਾਨੇ ਹੈ ਦਇਆਲ ਪ੍ਰਭੂ ਗੁਣਮੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਕਹਿ ਹੈ ਨਾਰਾਇਣ ਪਰਮੇਸ਼ਰ ਮੇਰੇ ਜਿਤਨੇ ਕੋ ਅਵਗਣ ਨੇ ਜੋ ਮੈਂ ਆਪਣੇ ਜੀਵਨ ਦੇ ਵਿੱਚ ਇਕੱਤਰ ਕਰ ਲਏ ਨੇ ਉਹਨਾਂ ਦੀ ਨਿਵਰਤੀ ਕਰ ਲੈ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਨਤਮਸਤਕ ਹੋ ਕੇ ਆਪਣੇ ਅਵਗੁਣਾਂ ਦੀ ਨਿਵਰਤੀ ਦੇ ਲਈ ਅਰਦਾਸ ਕਰਾਂਗੇ ਤਾਂ ਯਕੀਨਨ ਪਰਮਾਸ਼ ਪਰਮੇਸ਼ਰ ਜੋ ਹੈ ਪ੍ਰਮਾਤਮਾ ਜੋ ਹੈ ਨਾਰਾਇਣ ਕਲਾ ਧਾਰ ਜੋ ਹੈ ਉਹ ਸਾਨੂੰ ਅਵਗੁਣਾਂ ਤੋਂ ਆਜ਼ਾਦ ਕਰ ਦੇਵੇਗਾ ਤੇ ਜੋ ਮਨੁੱਖ ਅਵਗੁਣਾਂ ਤੋਂ ਆਜ਼ਾਦ ਹੋ ਗਿਆ ਜਿਸ ਮਨੁੱਖ ਦੇ ਹਿਰਦੇ ਵਿੱਚ ਅਵਗਣ ਨਹੀਂ ਗੁਣ ਹੀ ਗੁਣ ਭਰੇ ਜਾਣਗੇ ਐਸਾ ਮਨੁੱਖ ਫਿਰ ਨੀਚ ਕਰਮਾਂ ਦੇ ਵਿੱਚ ਕਦੀ ਵੀ ਖਚਿਤ ਨਹੀਂ ਹੁੰਦਾ ਜੀ ਤੇ ਜਿਸ ਮਨੁੱਖ ਦੇ ਫਿਰ ਕਰਮ ਹੁਣ ਨੀਚ ਨਹੀਂ ਉੱਤਮ ਹੋ ਗਏ ਐ ਐਸਾ ਮਨੁੱਖ ਜੋ ਹੈ ਉਹਦਾ ਜੀਵਨ ਵੀ ਸਫਲਾ ਹੋ ਜਾਂਦਾ ਏ ਉਹਦਾ ਇਸ ਸੰਸਾਰ ਦੇ ਵਿੱਚ ਆਉਣ ਵਾਲਾ ਜੋ ਕਾਰਜ ਹੈ ਉਹ ਵੀ ਪੂਰਾ ਹੋ ਜਾਂਦਾ ਏ ਗੁਰੂ ਅਮਰਦਾਸ ਜੀ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਹ ਜੋ ਨੀਚ ਕਰਮ ਕਰਨ ਵਾਲਾ ਮਨੁੱਖ ਹੈ ਇਹਦੀ ਬਿਰਤੀ ਕੈਸੀ ਹੈ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲੱਗੈ ਪਰਮ ਪੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਸਭ ਸਤਗੁਰਾਂ ਨੇ ਇਹ ਜੋ ਪਾਵਨ ਉਪਦੇਸ਼ ਦਿੱਤਾ ਏ ਸਭ ਕਹਿੰਦੇ ਪਾਪ ਪੁੰਨ ਕੀ ਸਾਰ ਨਾ ਜਾਣੀ ਜੋ ਮਨੁੱਖ ਆਪਣੇ ਹਿਰਦੇ ਵਿੱਚ ਅਵਗਣ ਹੀ ਇਕੱਤਰ ਕਰੀ ਬੈਠਾ ਏ ਨਾ ਐਸਾ ਮਨੁੱਖ ਪਾਪ ਤੇ ਪੁੰਨ ਦੀ ਸਾਰ ਨਹੀਂ ਜਾਣਦਾ ਜੀ ਭਾਵ ਕਦੀ ਵੀ ਐਸੇ ਮਨੁੱਖ ਨੂੰ ਪਾਪ ਤੇ ਪੁੰਨ ਦੇ ਵਿੱਚ ਫਰਕ ਨਜ਼ਰ ਨਹੀਂ ਆਉਂਦਾ ਉਹਦੇ ਅੰਦਰ ਵਿਵੇਕ ਬੁੱਧੀ ਨਹੀਂ ਕਿ ਭਈ ਪਾਪ ਕੀ ਹੈ ਤੇ ਪੁੰਨ ਕੀ ਹੈ ਦੂਜੇ ਲਾਗੇ ਪਰਮ ਪੁਲਾਣੀ ਐਸਾ ਮਨੁੱਖ ਹਮੇਸ਼ਾ ਭਰਮ ਦੇ ਵਿੱਚ ਰਹਿੰਦਾ ਹੈ ਕਿਉਂਕਿ ਦੂਜੇ ਲਾਗੀ ਭਾਵ ਉਹ ਦੂਜੇ ਭਾਵ ਦੇ ਵਿੱਚ ਮਗਨ ਹੈ ਮਾਇਆ ਦੇ ਵਿੱਚ ਮਗਨ ਹੈ ਉਹਦਾ ਜੀਵਨ ਮਾਇਆਵੀ ਹੋ ਗਿਆ ਹੈ ਤੇ ਸਭ ਕਹਿੰਦੇ ਐਸਾ ਮਨੁੱਖ ਅਗਿਆਨੀ ਹੈ ਅਗਿਆਨੀ ਅੰਧਾ ਮਗ ਨਾ ਜਾਣੇ ਐਸਾ ਮਨੁੱਖ ਅਗਿਆਨੀ ਹੈ ਅੰਧਾ ਹੈ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਮਗ ਤੋਂ ਭਾਵ ਐਸਾ ਮਨੁੱਖ ਸਹੀ ਰਸਤੇ ਨੂੰ ਜਾਣ ਨਹੀਂ ਸਕਦਾ ਤੇ ਨਿਤ ਜਨਮਾ ਜਨਮਾਂਤਰਾ ਦੇ ਗੇੜ ਦੇ ਵਿੱਚ ਪਰਮ ਦਾ ਰਹਿੰਦਾ ਏ ਕਿਉਂਕਿ ਮਨੁੱਖ ਦੇ ਅੰਦਰ ਕੇਵਲ ਤੇ ਕੇਵਲ ਅਵਗੁਣ ਨੇ ਇੱਕ ਹੋਰ ਪਰਥਾਏ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਏ ਪੱਪਾ ਪਾਰ ਨਾ ਪਾਵਹੀ ਮੂੜੇ ਪਰਪੰਚ ਤੂੰ ਪਲ ਚ ਰਹਾ ਕਿ ਹੈ ਮੂਰਖ ਤੂੰ ਸੰਸਾਰ ਦੇ ਮੋਹ ਜਾਲ ਦੇ ਵਿੱਚ ਇਤਨਾ ਉਲਝ ਗਿਆ ਹੈ ਕਿ ਇਸ ਦੇ ਵਿੱਚੋਂ ਹੁਣ ਨਿਕਲਣਾ ਜੋ ਹੈ ਤੇਰੇ ਲਈ ਨਾ ਮੁਮਕਿਨ ਹੋ ਗਿਆ ਹੈ ਪੱਪਾ ਪਾਰ ਨਾ ਪਾਵਹੀ ਮੂੜੇ ਪਰਪੰਚ ਤੂੰ ਪਲ ਚ ਰਹਾ ਤੁਹ ਵੇਨਾ ਆਵਗੁਣਾ ਦੇ ਵਿੱਚ ਇਤਨਾ ਮਗਨ ਹੋ ਗਿਆਂ ਹੈ ਇਤਨਾ ਗਰਸਿਆ ਗਿਆ ਹੈ ਕਿ ਹੁਣ ਇਹਨਾਂ ਆਵਗੁਣਾ ਦੇ ਵਿੱਚੋਂ ਆਪਣੇ ਜੀਵਨ ਨੂੰ ਆਜ਼ਾਦ ਕਰਨਾ ਤੇਰੇ ਲਈ ਬੜਾ ਕਠਨ ਹੋ ਗਿਆ ਹੈ ਸਬ ਸਤਗੁਰੂ ਕਹਿੰਦੇ ਹੈ ਮਨੁੱਖਾ ਤੇਰੇ ਕੋਲ ਕੇਵਲ ਤੇ ਕੇਵਲ ਇੱਕੋ ਹੀ ਰਸਤਾ ਹੈ ਉਹ ਹੈ ਅਰਦਾਸ ਕਰੋ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਉਹਦੇ ਅੱਗੇ ਅਰਜ਼ੋਈ ਕਰੋ ਤੇ ਆਖੋ ਹੈ ਪਰਮੇਸ਼ਰ ਮੇਰੇ ਅਵਗੁਣਾ ਦੀ ਨਿਵਰਤੀ ਕਰਦੇ ਹੋ ਜਦੋਂ ਅਵਗੁਣਾ ਦੀ ਨਿਵਰਤੀ ਹੋਏਗੀ ਤੇ ਮਨੁੱਖ ਦੇ ਕਰਮ ਜੋ ਨੇ ਉੱਚੇ ਹੋ ਜਾਣਗੇ ਪਹਿਲੇ ਪਦ ਵਿੱਚ ਸਹਿਬ ਸਤਿਗੁਰੂ ਬਖਸ਼ਿਸ਼ ਕਰਦੇ ਨੇ ਫਰਮਾਉਂਦੇ ਨੇ ਕੰਚਨ ਨਾਰੀ ਮਹ ਜਿਓ ਲੋਬਤਹ ਮੋਹ ਮਿਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤਨਾ ਆਵਈ ਕਿਉ ਛੂਟਾਂ ਮੇਰੇ ਹਰ ਰਾਯਾ ਸਾਇਬ ਸਪਸ਼ਟ ਕਹਿ ਰਹੇ ਨੇ ਕਿ ਸਮਕਾਲੀ ਮਨੁੱਖਤਾ ਜੀਵਨ ਕੀ ਹੈ ਕੰਚਨ ਨਾਰੀ ਮਹਿ ਜੀਉ ਲੁਬਤ ਹੈ ਮੋਹ ਮਿਠਾ ਮਾਇਆ ਮਨੁੱਖ ਦੀ ਬੁੱਧੀ ਕੇਵਲ ਕੰਚਨ ਮਾਇਆ ਪੈਸੇ ਸੋਨੇ ਦੇ ਵਿੱਚ ਲੰਗੀ ਹੋਈ ਹੈ ਕੰਚਨ ਨਾਰੀ ਐਸੇ ਮਨੁੱਖ ਦੀ ਬਿਰਤੀ ਕੇਵਲ ਨਾਰੀ ਵਾਲੋ ਪ੍ਰੇਰਿਤ ਹੈ ਕੰਚਨ ਨਾਰੀ ਮਹਿ ਜੀਓ ਲੁਬਤ ਹੈ ਮੋਹ ਮਿੱਠਾ ਮਾਇਆ ਤੇ ਮਾਇਆ ਵਾਲਾ ਜੋ ਮੋਹ ਹੈ ਉਹ ਉਹ ਬੜਾ ਉਹਨੂੰ ਮਿੱਠਾ ਲੱਗਦਾ ਹੈ ਉਹ ਬੜਾ ਲਜੀਜ਼ ਲੱਗਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਆਪਣੀਆਂ ਉਦਾਸੀਆਂ ਦੀ ਅਰੰਭਤਾ ਕੀਤੀ ਤੇ ਜੋ ਸਿਰਮੌਰ ਸਿੱਖ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਅਨੰਨ ਸੇਵਕ ਸਨ ਤੇ ਤਜਾਰਤ ਦਾ ਕੰਮ ਕਰਦੇ ਸਨ ਉਹਨਾਂ ਦੇ ਵਿੱਚੋਂ ਭਾਈ ਮਨਸੁਖ ਜੀ ਜਦੋਂ ਆਪਣੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ శ్రీలంਕਾ ਦੀ ਧਰਤੀ ਤੇ ਜਾ ਕੇ ਉੱਥੇ ਦੇ ਰਾਜੇ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਉਪਦੇਸ਼ ਦਾ ਗਿਆਨ ਪਈਮਨ ਸੁਖ ਜੀ ਰਾਜਾ ਸ਼ਿਵਨਾਬ ਨੂੰ ਦਿੰਦੇ ਨੇ ਤੇ ਰਾਜਾ ਬੜਾ ਪ੍ਰੇਰਿਤ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਸ ਦਾ ਫਲਸਫਾ ਇਤਨਾ ਮਹਾਨ ਹੈ ਜੋ ਕੇਵਲ ਇੱਕ ਦੀ ਗੱਲ ਕਰ ਰਿਹਾ ਹੈ ਜੋ ਇਕੁਐਲਿਟੀ ਦੀ ਗੱਲ ਕਰ ਰਿਹਾ ਏ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀਆਂ ਉਦਾਸੀਆਂ ਸਮੇ শ্রীলੰਕਾ ਦੀ ਧਰਤੀ ਤੇ ਪਹੁੰਚਦੇ ਨੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਜਦੋਂ ਢੋਂਗੀਆਂ ਨੂੰ ਜੋ ਪਖੰਡੀ ਨੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਏ ਕਿ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾ ਦੀ ਚਾਹਤ ਜ਼ਾਹਿਰ ਕੀਤੀ ਹੈ ਤੇ ਯਕੀਨਨ ਜਦੋਂ ਗੁਰੂ ਨਾਨਕ ਪਾਤਸ਼ਾਹ ਰਾਜੇ ਕੋਲ ਆਣਗੇ ਤੇ ਰਾਜਾ ਗੁਰੂ ਨਾਨਕ ਪਾਤਸ਼ਾਹ ਨੂੰ ਇਨਾਮਾਂ ਅਕਰਮਾਂ ਦੇ ਨਾਲ ਨਿਵਾਜੇਗਾ ਤਾਂ ਡੰਗੀ ਤੇ ਢੋਂਗੀ ਕੀ ਕਰਦੇ ਨੇ Sri Lanka ਦੀ ਧਰਤੀ ਤੇ ਜਾ ਕੇ ਇਹ ਕਹਿੰਦੇ ਨੇ ਕਿ ਉਹੀ ਗੁਰੂ ਨਾਨਕ ਨੇ ਹੁਣ ਜਦੋਂ ਰਾਜੇ ਨੂੰ ਇਸ ਗੱਲ ਦੀ ਖਬਰ ਹੁੰਦੀ ਹੈ ਕਿ ਬਹੁਤੇ ਢੋਂਗੀ ਤੇ ਪਖੰਡੀ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈ ਕੇ ਉਹਦੇ ਕੋਲੋਂ ਇਨਾਮ ਤੇ ਇਕਰਾਮ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਹੁਣ ਇਹ ਜੋ ਰਾਜਾ ਹੈ ਇੱਕ ਪਰਚਾ ਪਾਉਂਦਾ ਏ ਜਦੋਂ ਵੀ ਕੋਈ ਢੋਂਗੀ ਤੇ ਪਖੰਡੀ ਆਉਂਦਾ ਏ ਇਹ ਆਪਣੇ ਰਿਆਸਤ ਦੀਆਂ ਜੋ ਖੂਬਸੂਰਤ ਅਪਸਰਾਵਾਂ ਨੇ ਉਹਨਾਂ ਨੂੰ ਭੇਜਦਾ ਏ ਤਾਂ ਜੋ ਜੇਕਰ ਉਹ ਵਾਕਈ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਣਗੇ ਤਾਂ ਉਹਨਾਂ ਨੂੰ ਇਹਨਾਂ ਅਪਸਰਾਵਾਂ ਤੋਂ ਕੋਈ ਵੀ ਜੋ ਹੈ ਉਹ ਅਪਸਰਾਵਾਂ ਉਹਨਾਂ ਨੂੰ ਲੁਭਾ ਨਹੀਂ ਸਕਣਗੀਆਂ ਪਰ ਜੇਕਰ ਕੋਈ ਢੋਂਗੀ ਹੋਇਆ ਪਖੰਡੀ ਹੋਇਆ ਤਾਂ ਯਕੀਨਨ ਉਹ ਗਰਕੋ ਜਾਵੇਗਾ ਐਸਾ ਹੀ ਹੁੰਦਾ ਏ ਜਿੰਨੇ ਕੋ ਢੋਂਗੀ ਪਖੌਂਡੀ ਆਉਂਦੇ ਨੇ ਉਹ ਰਾਜੇ ਦੇ ਉਸ ਪਾਏ ਹੋਏ ਪਰਚੇ ਦੇ ਵਿੱਚ ਜੋ ਹੈ ਉਹਨਾ ਕਾਮਯਾਬ ਹੋ ਜਾਂਦੇ ਨੇ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਸ਼੍ਰੀਲੰਕਾ ਦੀ ਧਰਤੀ ਤੇ ਪਹੁੰਚਦੇ ਨੇ ਤੇ ਰਾਜੇ ਨੂੰ ਪਤਾ ਚੱਲਦਾ ਏ ਤੇ ਰਾਜਾ ਫੇਰ ਉਹਨਾ ਅਫਸਰਾਵਾਂ ਨੂੰ ਭੇਜਦਾ ਏ ਤੇ ਗੁਰੂ ਨਾਨਕ ਪਾਤਸ਼ਾਹ ਜ ਜਦੋਂ ਉਹ ਅpsarama ਦਰਸ਼ਨ ਕਰਦੀਆਂ ਨੇ ਨਤਮਸਤਕ ਹੁੰਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਪੁੱਤਰੀ ਕਹਿ ਕੇ ਸਨਮਾਨ ਦਿੰਦੀ ਨੇ ਤੇ ਰਾਜੇ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਇਹੀ ਗੁਰੂ ਨਾਨਕ ਨੇ ਭਾਵ ਗੁਰੂ ਪਾਤਸ਼ਾਹ ਦੇ ਜੀਵਨ ਦਾ ਇੱਕ ਇੱਕ ਪਲ ਜੋ ਹੈ ਉਹ ਸਾਡੇ ਲਈ ਮਾਰਗਦਰਸ਼ਨ ਹੈ ਕਿਤਨਾ ਸੁਚੱਜਾ ਉਪਦੇਸ਼ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਦਿੱਤਾ ਤੇ ਸਾਨੂੰ ਸੰਜਮ ਦੇ ਵਿੱਚ ਰਹਿਣ ਦੇ ਲਈ ਪ੍ਰੇਰਿਤ ਕੀਤਾ ਹੈ ਹੁਣ ਜਦੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਕੰਚਨ ਨਾਰੀ ਮਹ ਜੀਓ ਲੁਬਤ ਹੈ ਮੂੰਹ ਮਿੱਠਾ ਮਾਇਆ ਜਿਹੜੇ ਪਖੰਡੀ ਨੇ ਜਿਹੜੇ ਢੋਂਗੀ ਨੇ ਉਹ ਕੰਚਨ ਭਾਵ ਸੋਨਾ ਤੇ ਨਾਰੀ ਕੰਚਨ ਨਾਰੀ ਮਹ ਜੀਓ ਲੁਬਤ ਹੈ ਉਹਨਾਂ ਦਾ ਜੀਵ ਜੀ ਜੋ ਹੈ ਉਹਨਾਂ ਦਾ ਮਨ ਜੋ ਹੈ ਕੇਵਲ ਸੋਨੇ ਤੇ ਨਾਰੀ ਇਸਤਰੀ ਦੇ ਵਿੱਚ ਹੀ ਲੱਗਿਆ ਰਹਿੰਦਾ ਏ ਤੇ ਮਾਇਆ ਵਾਲਾ ਮੋਹ ਜੋ ਹੈ ਉਹ ਬੜਾ ਮਿੱਠਾ ਲੱਗਦਾ ਏ ਕਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਐਸੇ ਮਨੁੱਖ ਦੀ ਬਿਰਤੀ ਕੇਵਲ ਉੱਚੇ ਉੱਚੇ ਘਰ ਉੱਚੇ ਉੱਚੇ ਮਹਿਲ ਘੋੜੇ ਵਾਹਨ ਕੇਵਲ ਇਹਨਾਂ ਦੇ ਵਿੱਚ ਹੀ ਲੱਗੀ ਰਹਿੰਦੀ ਹੈ ਐਸਾ ਮਨੁੱਖ ਜਿਤਨੀ ਕੋ ਧੋੜਪਜ ਕਰਦਾ ਹੈ ਵੱਡੇ ਵੱਡੇ ਮਹਿਲ ਉਸਾਰਨ ਲਈ ਵੱਡੀਆਂ ਵੱਡੀਆਂ ਗੱਡੀਆਂ ਲੈਣ ਲਈ ਤੇ ਅੰਤ ਸਮੇਂ ਜਦੋਂ ਐਸੇ ਮਨੁੱਖ ਨੇ ਇੱਥੋਂ ਜਾਣਾ ਹੀ ਤਾਂ ਸਭ ਕੁਝ ਇੱਥੇ ਹੀ ਰਹਿ ਜਾਣਾ ਹੀ ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾਂ ਮੇਰੇ ਹਰਰਾਇਆ ਸਾਹਿਬ ਕਹਿੰਦੇ ਮਨੁੱਖਾ ਤੂੰ ਤਨ ਦੌਲਤ ਇਕੱਤਰ ਕਰ ਲਿਆ ਬਹੁਤਾ ਸੋਨਾ ਇਕੱਤਰ ਕਰ ਲਿਆ ਮਹਿਲ ਮਾੜੀਆਂ ਬਣਾ ਲਈਆਂ ਵਡੀਆਂ-ਵਡੀਆਂ ਜੋ ਗੱਡੀਆਂ ਨੇ ਉਹ ਤੂੰ ਲੈ ਲਈਆਂ ਘੋੜੇ ਪਾਵ ਜੋ ਵਾਹਨ ਨੇ ਪਰ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਏ ਉਹਨੂੰ ਕਦੀ ਤੂੰ ਚੇਤੇ ਹੀ ਨਹੀਂ ਕੀਤਾ ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾਂ ਮੇਰੇ ਹਰ ਰਾਯਾ ਜਿਸ ਪਰਮੇਸ਼ਰ ਨੂੰ ਤੂੰ ਚੇਤੇ ਹੀ ਨਹੀਂ ਕੀਤਾ ਜਿਨੇ ਤੈਨੂੰ ਸਿਰਜਿਆ ਏ ਤਾਂ ਕਿਵੇਂ ਤੂੰ ਆਵਗਣ ਤੋਂ ਆਜ਼ਾਦ ਹੋ ਸਕਦਾ ਏ ਫਿਰ ਤੇ ਤੇਰੇ ਜੀਵਨ ਦੇ ਵਿੱਚ ਆਵਗਣ ਹੀ ਆਣ ਕੇ ਫਿਰ ਤੇ ਤੇਰੇ ਕੋਲੋ ਜੋ ਵੀ ਕਰਮ ਹੋਣਗੇ ਉਹ ਨੀਚ ਹੀ ਹੋਣਗੇ ਸਭ ਕਹਿੰਦੇ ਮੇਰੇ RAM ਇਹ ਨੀਂਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਇਾਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਦੂਜੇ ਪਦਵੇ ਸਭ ਸਤਿਗੁਰੂ ਬਖਸ਼ਿਸ਼ ਕਰ ਦੇ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਲਾ ਬੁਲਹ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਾਮਾ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇ ਰਾ ਸਭ ਕਹਿੰਦੇ ਕਿਛ ਰੂਪ ਨਹੀਂ ਕਿਛ ਜ਼ਾਤ ਨਹੀਂ ਕਿਛ ਢੰਗ ਨਾ ਮੇਰਾ ਨਾਹੀ ਐਸੇ ਮਨੁੱਖ ਦੀ ਬਿਰਤੀ ਕੈਸੀ ਏ ਉਹਦੇ ਕੋਲ ਕੋਈ ਰੂਪ ਨਹੀਂ ਕੋਈ ਉਹਦੀ ਜ਼ਾਤ ਨਹੀਂ ਤੇ ਨਾਹੀ ਉਹਦੇ ਕੋਲ ਕੋਈ ਢੰਗ ਹੈ ਕੋਈ ਅਦਬ ਹੈ ਹੁਣੇ ਕਿਸੇ ਬੈਰੂਨੀ ਜ਼ਾਤ ਬੈਰੂਨੀ ਜੋ ਖੂਬਸੂਰਤੀ ਹੈ ਉਹਦੀ ਗੱਲ ਨਹੀਂ ਹੋ ਰਹੀ ਜੀ ਜਦੋਂ ਪਾਤਸ਼ਾਹ ਕਹਿੰਦੇ ਕਿਛ ਰੂਪ ਨਹੀਂ ਕਿਛ ਜ਼ਾਤ ਨਹੀਂ ਕਿਛ ਢੰਗ ਨਾ ਮੇਰਾ ਕਿ ਹੈ ਪਰਮੇਸ਼ਰ ਨਾਰਾਇਣ ਕਲਾਤਾਰ ਮੇਰੇ ਅੰਦਰ ਅਧਿਆਤਮਕ ਤਲ ਤੇ ਕੋਈ ਰੂਪ ਨਹੀਂ ਅਧਿਆਤਮਕ ਤਲ ਤੇ ਅਗੁਣਾ ਵਾਲਾ ਜੋ ਮਨੁੱਖ ਹੈ ਜਿਹਨੇ ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਨੀਚ ਕਰਮ ਕੀਤੇ ਆ ਐਸਾ ਮਨੁੱਖ ਜੋ ਹੈ ਜਿਹਦੇ ਮਨ ਦੇ ਵਿੱਚ ਕੇਵਲ ਅਵਗੁਣ ਭਰੇ ਹੋਏ ਆ ਉਹਦੇ ਕੋਲ ਅਧਿਆਤਮਕਤਾ ਵਾਲਾ ਰੂਪ ਨਹੀਂ ਹੋ ਸਕਦਾ ਜੇ ਉਹਦੇ ਕੋਲ ਅਧਿਆਤਮਕਤਾ ਵਾਲੀ ਜ਼ਾਤ ਨਹੀਂ ਹੋ ਸਕਦੀ ਜੇ ਉਹਦੇ ਕੋਲ ਅਧਿਆਤਮਕਤਾ ਵਾਲਾ ਟੰਗ ਤੇ ਅਦਬ ਨਹੀਂ ਹੋ ਸਕਦਾ ਜੇ ਸਭ ਕਹਿੰਦੇ ਕਿਛ ਰੂਪ ਨਹੀਂ ਕਿਛ ਜ਼ਾਤ ਨਹੀਂ ਕਿਛ ਟੰਗ ਨਾ ਮੇਰਾ ਕਿਆ ਮੋਲਹਿ ਬੋਲਹਿ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਮੈਂ ਕੀ ਮੂਲ ਲੈ ਕੇ ਤੇਰੇ ਅੱਗੇ ਆਵਾਂ ਹੈ ਪਰਮੇਸ਼ਰ ਮੈਂ ਕਦੀ ਤੇਰਾ ਨਾਮ ਜਪਿਆ ਹੀ ਨਹੀਂ ਕਦੀ ਤੈਨੂੰ ਚੇਤੇ ਕੀਤਾ ਹੀ ਨਹੀਂ ਕੇਵਲ ਵਿਖਾਵਾ ਕੀਤਾ ਏ ਗੁਰਦੁਆਰਿਆਂ ਦੇ ਵਿੱਚ ਜਾ ਕੇ ਜੇਕਰ ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਆਪਣੇ ਆਪ ਨੂੰ ਬੜਾ ਉੱਚਾ ਕਰ ਲਿਆ ਏ ਪਰ ਜਦ ਤੱਕ ਗੁਰੂ ਘਰ ਦੇ ਵਿੱਚ ਬੈਠ ਕੇ ਅਸੀਂ ਗੁਰਬਾਣੀ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕੀਤਾ ਜੇ ਤਦ ਤੱਕ ਸਾਡਾ ਜੀਵਨ ਉੱਚਾ ਨਹੀਂ ਉੱਠ ਸਕਦਾ ਨਹੀਂ ਉੱਠ ਸਕਦਾ ਸਭ ਕਹਿੰਦੇ ਕਿਆ ਮੋਲ ਹੈ ਬੋਲ ਹੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਮੈਂ ਕਦੀ ਤੇਰਾ ਨਾਮ ਜਪਿਆ ਹੀ ਨਹੀਂ ਗੁਰੂ ਘਰ ਜਾਂਦਾ ਹਾਂ ਬੈਠਦਾ ਹਾਂ ਤੇ ਉੱਥੇ ਬੈਠ ਕੇ ਆਪਣੇ ਹਿਰਦੇ ਦੇ ਵਿੱਚ ਕੇਵਲ ਪਰਿਵਾਰ ਕਾਰੋਬਾਰ ਮਾਇਆ ਵੀ ਪਦਾਰਥਾਂ ਦੇ ਬਾਰੇ ਹੀ ਸੋਚ ਰਿਆ ਹਾਂ ਤਾਂ ਫਿਰ ਨਾਮ ਨਹੀਂ ਜਪਿਆ ਜੀ ਤੇ ਇਤਨਾ ਹੰਕਾਰ ਸਾਡੇ ਅੰਦਰ ਉਤਪਨ ਹੋ ਜਾਂਦਾ ਹੈ ਕਿ ਭਈ ਮੈਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਂਦਾ ਹਾਂ ਮਹ ਪਾਤਸ਼ਾ ਇਹ ਤੇ ਸਪਸ਼ਟ ਕਰ ਰਹੇ ਨੇ ਕਿ ਹੈ ਮਨੁੱਖਾ ਜੇਕਰ ਤੇਰਾ ਵੀ ਜੀਵਨ ਐਸਾ ਏ ਤਾਂ ਯਕੀਨਨ ਤੈਨੂੰ ਅਸਲ ਸੱਚ ਦਾ ਗਿਆਨ ਨਹੀਂ ਹੋਇਆ ਜੀ ਸਭ ਕਹਿੰਦੇ ਹਮ ਪਾਪੀ ਸੰਗ ਗੁਰ ਉਬਰੇ ਤਨ ਖਿਮਾ ਪੁੰਨ ਸਤਗੁਰ ਕੇਰਾ ਹਮ ਪਾਪੀ ਸੰਗ ਗੁਰ ਉਬਰੇ ਪੁੰਨ ਸਤਗੁਰ ਕੇਰਾ ਕਿ ਐਸੀ ਪਾਪਾਂ ਵਾਲੀ ਜੋ ਬਿਰਤੀ ਹੈ ਪਾਪ ਕਮਾਉਣ ਵਾਲਾ ਜੋ ਸੁਭਾਅ ਮਨੁੱਖ ਦਾ ਬਣ ਗਿਆ ਏ ਜੋ ਪਾਪੀ ਮਨੁੱਖ ਹੈ ਹਮ ਪਾਪੀ ਸੰਗ ਗੁਰ ਉਬਰੇ ਕੇਵਲ ਗੁਰੂ ਦੇ ਸੰਗ ਸਦਕਾ ਹੀ ਉਬਰ ਸਕਦੇ ਨੇ ਪੁੰਨ ਸਤਗੁਰ ਕੇਰਾ ਇਹ ਕੇਵਲ ਤੇ ਕੇਵਲ ਸਤਗੁਰੂ ਦੇ ਕੋਲ ਹੀ ਇਹ ਸ੍ਰੇਸ਼ਟਤਾ ਏ ਕਿ ਉਹ ਪਾਪੀਆਂ ਦਾ ਵੀ ਉਦਾਰ ਕਰ ਦਿੰਦੇ ਨੇ ਤੇ ਸਾਡਾ ਵੀ ਸਤਗੁਰੂ ਹੀ ਉਦਾਰ ਕਰਨਗੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਨੇ ਪਾਪੀਆਂ ਦਾ ਉਦਾਰ ਕੀਤਾ ਏ ਸਭ ਕਹਿੰਦੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਾਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਅਗੁਣਾ ਨੂੰ ਬਖਸ਼ ਲਿਓ ਗੁਣ ਜੋ ਨੇ ਉਹੀ ਕੇਵਲ ਮੇਰੇ ਜੀਵਨ ਦੇ ਵਿੱਚ ਹੋਣ ਐਸੀ ਅਰਦਾਸ ਜੋ ਹੈ ਕਰਨ ਦੀ ਜਾਂਚ ਜਦੋਂ ਸਿੱਖ ਲਵਾਂਗੇ ਤਾਂ ਯਕੀਨਨ ਸਾਡਾ ਜੀਵਨ ਜੋ ਹੈ ਉਹ ਸਫਲਾ ਹੋਵੇਗਾ। ਟੀਜੇ ਪਰਵੇ ਸਹਿਬ ਸਤਿਗੁਰੂ ਬਖਸ਼ਿਸ਼ ਕਰ ਦੇ। ਸਭ ਜਿਓ ਪਿੰਡ ਮੁਖ ਨਕਦੀਆ ਵਰਤਣ ਕਾ ਪਾਣੀ ਅਨ ਖਾਣਾ ਕੱਪੜ ਪਾਣਣ ਦੀਆ ਰਸ ਅੰਨ ਪੋਗਾਣੀ ਜਿਨ ਦੀਏ ਸੋਚ ਤਨਾ ਆਵਈ ਪਸ਼ੂ ਹਾਂ ਕਰ ਜਾਣੀ ਸਭ ਕਹਿੰਦੇ ਨੇ ਇਸਪਸ਼ਟ ਕਹਿ ਰਹੇ ਨੇ ਮਨੁੱਖ ਨੂੰ ਸਭ ਜਿਉ ਪਿੰਡ ਮੁਖ ਨੱਕ ਦੀ ਆ ਵਰਤਨ ਕੋ ਪਾਣੀ ਕਿ ਹੈ ਮਨੁੱਖ ਤੂੰ ਕਾਦਾ ਗਰਭ ਕਰ ਰਿਹਾ ਹੈ ਕਾਦਾ ਹੰਕਾਰ ਕਰ ਰਿਹਾ ਹੈ ਤੇਰਾ ਇਹ ਜੋ ਸਰੀਰ ਹੈ ਤੇਰਾ ਇਹ ਜੋ ਚਿਹਰਾ ਹੈ ਤੇਰੇ ਕੋਲੇ ਜੋ ਨੱਕ ਹੈ ਤੇਰੇ ਕੋਲ ਵਰਤਨ ਵਾਲੇ ਜਿੰਨੇ ਕੋ ਪਦਾਰਥ ਨੇ ਇਹ ਸਭ ਕੁਝ ਉਸ ਪਰਮੇਸ਼ਰ ਦੇ ਦਿੱਤੇ ਹੋਏ ਆ ਸਭ ਕੁਝ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਅੱਗੇ ਕਹਿੰਦੇ ਅਨ ਖਾਣਾ ਕੱਪੜ ਪਹਿਨਣ ਦੀ ਆ ਰਸ ਅਨ ਪੋਗਾਣੀ ਜਿਤਨੇ ਕੋ ਤੂੰ ਪਦਾਰਥ ਖਾ ਰਿਆ ਐ ਜਿਤਨੇ ਕੋ ਕੱਪੜੇ ਤੂੰ ਪਹਿਨਣੇ ਆਏ ਤੇ ਹੋਰ ਜਿਤਨੇ ਕੋ ਰਸ ਤੂੰ ਪੋ ਗ ਰਿਆ ਐ ਸਭ ਪਰਮੇਸ਼ਰ ਦੇ ਦਿੱਤੇ ਹੋਏ ਆ ਸਭ ਕੁਝ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਉਹਦਾ ਪੈਦਾ ਕੀਤਾ ਹੋਇਆ ਹੈ ਜਨ ਦੀਏ ਸੁਚਿਤਨ ਆਵਈ ਸਭ ਕਹਿੰਦੇ ਪਰ ਜਿਸ ਪਰਮੇਸ਼ਰ ਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਮਨੁ ਕਦੀ ਤੂੰ ਚੇਤੇ ਕੀਤਾ ਹੀ ਨਹੀਂ ਜਿੰਨ ਦੀ ਇਹ ਸੁਚੇਤਨਾ ਆਵਈ ਪਸ਼ੂ ਹਾਂ ਕਰ ਜਾਣੀ ਤੇ ਹੈ ਪਸ਼ੂ ਮਿਰਤੀ ਵਾਲੇ ਮਨੁੱਖ ਤੂੰ ਐਸਾ ਸੋਚਦਾ ਐ ਕਿ ਇਹ ਸਭ ਕੁਝ ਜੋ ਹੈ ਇਹਦੀ ਪ੍ਰਾਪਤੀ ਤੂੰ ਆਪ ਕੀਤੀ ਹੈ ਇਹ ਤੇਰੇ ਜੀਵਨ ਦੇ ਵਿੱਚ ਅਵਗੁਣ ਹੀ ਨੇ ਜੋ ਤੂੰ ਨਿਤ ਦਿਨ ਨੀਚ ਕਰਮ ਕਰ ਰਿਹਾ ਹੈ ਹੁਣ ਮਨੁੱਖ ਜੋ ਹੈ ਪਰਮੇਸ਼ਰ ਦਾ ਹਰ ਇੱਕ ਜੋ ਦਿੱਤਾ ਹੋਇਆ ਉਪਕਾਰ ਹੈ ਉਹਨੂੰ ਨਾ ਮੰਨੇ ਤੇ ਕਹੇ ਇਹ ਬਾਈ ਜਿੰਨੀ ਕੋ ਪ੍ਰਾਪਤੀ ਕੀਤੀ ਹੈ ਮੈਂ ਆਪ ਕੀਤੀ ਹੈ ਤਾਂ ਐਸੇ ਮਨੁੱਖ ਦੇ ਕੋਲੋਂ ਕਦੀ ਵੀ ਉੱਤਮ ਕਰਮ ਨਹੀਂ ਹੋ ਸਕਦਾ ਜੀ ਐਸੇ ਮਨੁੱਖ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਪਾਪ ਹੀ ਹੋਣਗੇ ਨੀਚ ਕਰਮ ਹੀ ਹੋਣਗੇ ਸਭ ਕਹਿੰਦੇ ਜਿਨ ਦੀਏ ਸੁਚੇਤਨਾ ਆਵਈ ਪਸ਼ੂ ਹੋਂ ਕਰ ਜਾਣੀ ਹੈ ਪਸ਼ੂ ਵਰਤੀ ਵਾਲੇ ਮਨੁਕ ਤੂ ਵੇ ਸੋਚ ਰਹਾ ਹੈ ਕਿ ਸਭ ਕੁਝ ਤੂੰ ਆਪ ਪ੍ਰਾਪਤ ਕੀਤਾ ਏ ਨਹੀਂ ਇਹ ਸਭ ਕੁਝ ਪਰਮੇਸ਼ਰ ਦੀ ਖੇਡ ਹੈ ਉਹ ਆਪ ਖੇਡਾਂ ਰਚਦਾ ਏ ਇਸ ਲਈ ਹੈ ਮਨੁਕ ਅਰਦਾਸ ਕਰ ਨਾ ਤਮਸਤਕ ਹੋ ਜਾ ਕਿ ਭਈ ਮੇਰੇ ਜਿਤਨੇ ਕੋ ਔਗੁਣ ਨੇ ਇਹਨਾਂ ਦੀ ਨਿਵਰਤੀ ਹੋ ਜਾਵੇ ਗੁਣ ਮੇਰੇ ਜੀਵਨ ਦੇ ਵਿੱਚ ਆਣ ਤੇ ਤਦ ਜਾ ਕੇ ਤੇਰੇ ਕੋਲ ਉਹ ਹੈ ਮਨੁੱਖ ਉੱਤਮ ਕਰਮ ਹੋ ਸਕਦੇ ਨੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਇਾਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਚੌਥੇ ਪਦ ਅੰਤਲੇ ਪਦ ਵਿੱਚ ਸਹਿਬ ਸਤਿਗੁਰੂ ਬਖਸ਼ਿਸ਼ ਕਰਦੇ ਨੇ ਫਰਮਉਂਦੇ ਨੇ ਸਾਬਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਾਣਾ ਨਾਨਕ ਹਾਟ ਵਿਹਜਿਆ ਹਰ ਗੁਲਮ ਗੁਲਾਮੀ ਸਭ ਕਹਿੰਦੇ ਹੈ ਮਨੁੱਖਾ ਜੇਕਰ ਤੈਨੂੰ ਵੀ ਅਹਿਸਾਸ ਹੋ ਗਿਆ ਏ ਕਿ ਹੁਣ ਤੇ ਹਲੀ ਤੱਕ ਤੇਰੇ ਕੋਲੋਂ ਕੇਵਲ ਤੇ ਕੇਵਲ ਨੀਚ ਕਰਮ ਹੋਏ ਆ ਕਿਉਂਕਿ ਤੇਰੇ ਹਿਰਦੇ ਦੇ ਵਿੱਚ ਕੇਵਲ ਅਵਗੁਣ ਨੇ ਤੂੰ ਕੇਵਲ ਅਵਗੁਣ ਹੀ ਆਪਣੇ ਜੀਵਨ ਦੇ ਵਿੱਚ ਇਕੱਤਰ ਕੀਤੇ ਨੇ ਤੇ ਨਤਮਸਤਕ ਹੋ ਜਾ ਪਰਮੇਸ਼ਰ ਦੇ ਅੱਗੇ ਤੇ ਕਹਿ ਸਭ ਕੀਤਾ ਤੇਰਾ ਵਰਤ ਦਾ ਤੂੰ ਅੰਤਰਜਾਮੀ ਹੈ ਅੰਤਰਜਾਮੀ ਪਰਮੇਸ਼ਰ ਸਭ ਕੁਝ ਜੋ ਹੈ ਤੇਰਾ ਹੀ ਕੀਤਾ ਵਰਤ ਰਿਹਾਏ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਜੀ ਸਾਡੇ ਕੋਲੋਂ ਕਦੀ ਵੀ ਕੁਝ ਨਹੀਂ ਹੋ ਸਕਦਾ ਜੀ ਸਭ ਕੀਤਾ ਤੇਰਾ ਵਰਤ ਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕੀ ਕਰਹਿ ਸਭ ਖੇਲ ਤੂੰ ਹਮੀ ਭਾਵ ਕਿ ਅਸੀਂ ਜੋ ਇਸ ਸੰਸਾਰ ਦੇ ਵਿੱਚ ਵਿਚਰਨ ਵਾਲੇ ਜੀਵ ਜੰਤ ਹਾਂ ਸਾਡੇ ਕੋਲੋਂ ਕਦੀ ਵੀ ਕੁਝ ਨਹੀਂ ਹੋ ਸਕਦਾ ਜੇ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਕਿ ਹੈ ਸੁਆਮੀ ਸਾਰਾ ਹੀ ਖੇਲ ਜੋ ਹੈ ਤੇਰਾ ਰਚਿਆ ਹੋਇਆ ਏ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਤੇ ਸਭ ਕਹਿੰਦੇ ਅਰਦਾਸ ਕਰ ਅਰਜ਼ੋਈ ਕਰ ਜਿਵੇਂ ਨਾਨਕ ਅਰਦਾਸ ਕਰਦਾ ਏ ਕਿ ਹੈ ਪਰਮੇਸ਼ਰ ਮੈਂ ਤੇਰਾ ਗੁਲਾਮਾਂ ਦਾ ਗੁਲਾਮ ਹਾਂ ਹਾਟ ਵਿਹਾਜਿਆ ਜਿਹਨੂੰ ਬਾਜ਼ਾਰ ਦੇ ਵਿੱਚੋਂ ਲਿਆਇਆ ਗਿਆ ਏ ਇੰਜ ਅਰਦਾਸ ਕਰਨਾ ਸਿੱਖ ਲੈ ਹੈ ਮਨੁੱਖਾ ਕਿ ਹੈ ਪਰਮੇਸ਼ਰ ਮੈਂ ਤੇਰੇ ਗੁਲਾਮਾਂ ਦਾ ਗੁਲਾਮ ਹਾਂ ਮੈਂ ਆਪਣੇ ਜੀਵਨ ਦੇ ਵਿੱਚ ਕੇਵਲ ਅਗੁਣ ਇਕੱਤਰ ਕੀਤੇ ਨੇ ਤਾਂ ਹੀ ਮੇਰੇ ਕੋਲੋਂ ਕੇਵਲ ਤੇ ਕੇਵਲ ਨੀਚ ਕਰਮ ਹੀ ਹੁੰਦੇ ਆ ਉੱਤਮ ਕਰਮ ਨਹੀਂ ਹੁੰਦੇ ਹੈ ਪਰਮੇਸ਼ਰ ਬਖਸ਼ ਲੈ ਸਾਡੇ ਜੀਵਨ ਦੇ ਵਿੱਚੋਂ ਅਗੁਣਾ ਦੀ ਨਿਵਰਤੀ ਹੋ ਜਾਵੇ ਗੁਣ ਸਾਡੇ ਜੀਵਨ ਦੇ ਵਿੱਚ ਆਣ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਪਰਮੇਸ਼ਰ ਨਾਰਾਇਣ ਦਾ ਧੰਨਵਾਦ ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਤੇ ਫਿਰ ਇੱਕ ਬਾਣੀ ਚੈਨਲ ਦਾ ਧੰਨਵਾਦ ਜੋ ਐਸਾ ਸੁਭਾਗ ਜੋ ਹੈ ਉਹ ਪੈਦਾ ਕਰਦੇ ਨੇ ਕਿ ਜੋ ਸਰੋਤੇ ਨੇ ਉਹ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ ਆਉਂਤਲੀਆਂ ਤੁਕਾਂ ਪੜ ਕੇ ਕਥਾ ਦੀ ਸਮਾਪਤੀ ਕਰੀਏ ਜੀ ਸਬਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹਮਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨਾਨਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਜਨਾਨਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ